ਵਿੱਚ ਰੁਝਾਨ ਦੇਖ ਰਹੇ ਹੋ? ਦੱਸੋ, 23 ਨੂੰ ਸਾਰਾ ਕੁਝ ਪਤਾ ਚੱਲ ਜੂਗਾ ਅੱਜ। ਤੁਸੀਂ ਕਿਵੇਂ ਦੇਖ ਰਹੇ ਹੋ ਕਿ ਪੋਜ਼ਿਟਿਵ ਇੱਕ ਵਾਈਬਸ ਆ ਰਹੀਆਂ ਨੇ? ਕੁਝ ਕਹਿ ਨਹੀਂ ਸਕਦਾ। ਤੇ ਸੁਨੀਲ ਜਾਖੜ ਜੀ ਬਾਰ ਬਾਰ ਕਹਿ ਰਹੇ ਨੇ ਮੇਰਾ 1.5 ਸਾਲ ਦਾ ਕਾਰਜਕਾਲ 5 ਸਾਲ ਤੇ ਭਾਰੀ ਪਏਗਾ, ਕਿਵੇਂ ਕਹਿੰਦੇ ਸੁਨੀਲ ਜੀ ਭਾਜੀ? ਉਹਨਾਂ ਨੂੰ ਕਹੀ ਜਾਂਦਾ ਜੋ ਕਹਿਣਾ, ਮੈਂ 23 ਨੂੰ ਦੇਖਾਂਗਾ ਜੋ ਹੋਊਗਾ। ਹਾਂਜੀ, ਲੋਕਾਂ ਦਾ ਪਿਆਰ ਮਿਲ ਰਿਹਾ? ਪਿਆਰ ਹੈ, ਬਹੁਤ ਪਿਆਰ ਹੈ। ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦਾ ਪਿਆਰ ਲਗਾਤਾਰ ਸੰਨੀ ਦਿਓਲ ਨੂੰ ਮਿਲਦਾ ਪਿਆ ਨਜ਼ਰ ਆ ਰਿਹਾ ਹੈ, ਕਿ ਬਜ਼ੁਰਗ ਕੀ ਬੱਚੇ ਤੇ ਕਿ ਹੋਰ ਜੋ ਲੋਕ ਨੇ, ਸਿਆਣੇ ਲੋਕ ਨੇ, ਉਹ ਭਰਵਾਂ ਹੁੰਗਾਰਾ ਦੇ ਰਹੇ ਨੇ ਸੰਨੀ ਦਿਓਲ ਨੂੰ। ਸੰਨੀ ਦਿਓਲ ਨੇ ਕਿਹਾ ਕਿ ਜੋ ਵੀ ਹੋਵੇਗਾ 23 ਤਰੀਕ ਨੂੰ ਦੇਖਿਆ ਜਾਵੇਗਾ। ਹਾਲਾਂਕਿ ਸਿਆਸੀ ਬਿਆਨਬਾਜ਼ੀ ਵਿਰੋਧੀਆਂ ਵੱਲੋਂ, ਖਾਸ ਕਰ ਸੁਨੀਲ ਜਾਖੜ ਵੱਲੋਂ ਲਗਾਤਾਰ ਜਾ ਰਹੀ ਹੈ, ਲੇਕਿਨ ਸੰਨੀ ਦਿਓਲ ਚੁੱਪ ਨੇ। ਹੁਣ ਵੇਖਣਾ ਦਿਲਚਸਪ ਰਹੇਗਾ ਕਿ ਸੰਨੀ ਦਿਓਲ ਦੀ ਇਹ ਚੁੱਪੀ ਲੋਕਾਂ ਦੇ ਜ਼ੁਬਾਨੀ ਹਮਲਿਆਂ 'ਤੇ ਭਾਰੀ ਪਏਗੀ ਜਾਂ ਫਿਰ ਨਹੀਂ। ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਗੁਰਦਾਸਪੁਰ।